The Wire. ਸੜਕ ਬਾਰੇ ਅਸੀਂ ਕਾਫੀ ਕਿਹਾ ਜੀ ਵੀ ਬਹੁਤ ਬੁਰਾ ਹਾਲ ਹੈ ਜਦੋਂ ਹੁਣ ਇੱਥੇ ਜਾਂਦੇ ਹਾਂ ਜਗਰਾਉਂ ਨੂੰ 10-15 ਮਿੰਟ ਦਾ ਰਸਤਾ ਅੱਧਾ ਘੰਟਾ ਲੱਗ ਜਾਂਦਾ ਪਰ ਅਸੀਂ ਦਾਖਾ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਅਤੇ ਉਹ ਕਹਿੰਦੇ ਵੀ ਥੋੜ੍ਹੇ ਚਰਚੀ ਇਹ ਬਣ ਜੂਗੀ ਪਰ ਅਸੀਂ ਹੁਣ ਵੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਲੋਕਾਂ ਦਾ ਬਹੁਤ ਬੁਰਾ ਹਾਲ ਆ ਗਰਮੀ ਦੇ ਵਿੱਚ ਤੁਸੀਂ ਲੰਘ ਕੇ ਦੇਖੋ ਕੀ ਹਾਲ ਆ ਵੀ ਇਹ ਜਲਦੀ ਤੋਂ ਜਲਦੀ ਬਣਾਈ ਜਾਵੇ ਅਤੇ ਮੇਰੀ ਗੱਲ ਵੀ ਅਸੀਂ ਦਾਖਾ ਸਾਹਿਬ ਨਾਲ ਭਰੋਸਾ ਦਿੰਦੇ ਵੀ ਥੋੜ੍ਹੇ 10-15 ਦੇ ਵਿੱਚ ਕਹਿੰਦੇ ਕੰਮ ਚਾਲੂ ਹੋ ਜੂਗਾ ਅਤੇ ਸਾਨੂੰ ਆਸ਼ਾ ਪਿਛਲੇ ਲੰਬੇ ਸਮੇਂ ਤੋਂ ਮਿਲਦਾ ਆ ਰਿਹਾ ਕੋਈ ਸਖਤੀ ਨਾਲ ਨਹੀਂ ਤੁਹਾਡੇ ਪਿੰਡ ਪੰਚਾਇਤ ਵੱਲੋਂ ਕਿਹਾ ਜਾਂਦਾ ਵੀ ਇਹਨੂੰ ਕਰੋ ਜੀ ਕੰਮ ਨੂੰ ਜਾਂ ਕੋਈ ਸੁਣਵਾਈ ਨਹੀਂ ਹੁੰਦੀ ਹੈ ਨਹੀਂ ਕਹਿੰਦੇ ਆ ਜੀ ਸੁਣਵਾਈ ਵੀ ਮਾੜੀ ਮੋਟੀ ਕਰਦੇ ਆਪਾਂ ਲੇਟ ਬਹੁਤ ਹੋ ਗਿਆ ਕੰਮ ਪਰ ਅਸੀਂ ਹੁਣ ਆਸ ਆ ਵੀ ਥੋੜ੍ਹੀ ਜਲਦੀ ਬਣ ਜੂਗੀ ਮੇਰਾ ਖਿਆਲ ਸਰ ਭਾਈ ਉਹ ਕੈਨਆਰਆਈ ਦੇ ਤੌਰ ਤੇ ਉਦੋਂ ਤੁਹਾਨੂੰ ਕੀ ਲੱਗਦਾ ਹੈ ਇੱਥੇ ਜਿਹੜੀ ਸੜਕ ਦਾ ਕੀ ਹਾਲ ਹੈ ਜੀ ਕਾਲਜ ਵੀ ਹੈਗਾ ਇੱਥੇ ਬੱਚਿਆਂ ਦਾ ਗੁਰਦੁਆਰਾ ਸਾਹਿਬ ਵੀ ਹੈਗਾ ਸਕੂਲ ਵੀ ਹੈਗੇ ਆ ਅਸੀਂ ਜੀ ਕਈ ਸਾਲ ਇਹ ਹੈ ਕਿ ਸੜਕ ਹੁਣ ਨਹੀਂ ਟੁੱਟੀ ਇਹਨੂੰ 3-4 ਸਾਲ ਹੋ ਗਏ ਸੜਕ ਟੁੱਟੀ ਨੂੰ ਅੱਜ ਬਣਦੀ ਆ ਅਗਲੇ ਸਾਲ ਬਣੂਗੀ ਜਦ ਵੀ ਸਾਡੇ ਵੀਰ ਸਾਡੇ ਰਿਸ਼ਤੇਦਾਰ ਭੈਣ ਭਾਈ ਮਿਲਣ ਆਉਂਦੇ ਆ ਸੜਕ ਦੀ ਬਹੁਤ ਬੁਰੀ ਹਾਲਤ ਆ ਵਿੰਜਲ ਤੋਂ ਰੈਕੋਟ ਤੱਕ ਜਿਨ੍ਹਾਂ ਨੇ ਕੋਈ ਜਾਣ ਪਛਾਣ ਸੀ ਚਾਹੇ ਉਹਨਾਂ ਦੇ MLA MPਾਂ ਨੇ ਉਹ ਬਣਾਤੀ ਅਸੀਂ ਉਦੋਂ ਬਾਅਦ ਵੀ ਬੇਨਤੀਆਂ ਕੀਤੀਆਂ ਪਿੰਡ ਵਾਲਿਆਂ ਕੋਲ ਵੀ ਕੀਤੀਆਂ ਵੀ ਸੜਕ ਬਣਨੀ ਚਾਹੀਦੀ ਸੜਕ ਵੀ ਬਹੁਤ ਜ਼ਿਆਦਾ ਟੁੱਟੀ ਆ ਕੋਈ ਥੋੜ੍ਹੀ ਟੁੱਟੀ ਨਹੀਂ ਗੀ ਜਗਰਾਓਂ ਤੱਕ ਜਾਣਾ ਹੋਵੇ ਸੜਕ ਦਾ ਇੱਕ ਪਾਸੇ ਗੱਡੀ ਦਾ ਬੁਰਾ ਹਾਲ ਹੋ ਜਾਂਦਾ ਆਪਦਾ ਬੈਠਣ ਦਾ ਬੁਰਾ ਹਾਲ ਹੋ ਜਾਂਦਾ ਬਹੁਤ ਸੜਕ ਦੀ ਹਾਲਤ ਖਰਾਬ ਆ ਹੁਣ ਵੀ ਪੰਚਾਇਤ ਸਾਹਿਬ ਨਾਲ 2-4 ਗੱਲਾਂ ਸਰਪੰਚ ਨਾਲ ਕੀਤੀਆਂ ਸੀ ਇਹ ਕਹਿੰਦੇ ਚੋਣ ਜਾਬਤਾ ਲੱਗਿਆ ਚੋਣ ਜਾਬਤੇ ਤੋਂ ਬਾਅਦ ਬਣ ਜੂ ਹੁਣ ਸਾਨੂੰ ਸਰਪੰਚ ਸਾਹਿਬ ਨੇ ਭਰੋਸਾ ਦਿੱਤਾ ਗਾ ਵੀ ਛੇਤੀ ਤੋਂ ਛੇਤੀ ਇਹ ਸੜਕ ਬਣੀ ਜਾਊ ਬਣੂਗੀ ਹੁਣ ਇਸੇ ਸੜਕ ਦੀ ਸਭ ਤੋਂ ਪਹਿਲਾਂ ਵਾਰੀ ਆ ਇਹ ਕਹਿੰਦੇ ਆ 14 ਕਰੋੜ ਰੁਪਇਆ ਮਨਜ਼ੂਰ ਹੋਇਆ ਹੋਇਆ ਵੀ 1-2 ਹਫ਼ਤੇ ਵਿੱਚ ਇਸ 'ਤੇ ਕੰਮ ਚੱਲ ਪਊਗਾ ਸਾਡੀ ਲੋਕ ਔਖੇ ਨੇ ਬਹੁਤ ਨਰਕ ਭਰੀ ਜ਼ਿੰਦਗੀ ਆ ਜਿਹੜੀ ਇਹ ਸੜਕ 'ਤੇ ਲੰਘੀ ਆ ਨਰਕ ਭਰੀ ਆ ਗੌਰਮੈਂਟ ਨੂੰ ਬੇਨਤੀ ਹੈ ਸਾਨੂੰ ਨਰਕ ਤੋਂ ਨਜਾਤ ਦਵਾਈ ਜਾਵੇ ਜਲਦੀ ਤੋਂ ਜਲਦੀ ਦਾਖਾ ਸਾਹਿਬ ਨੂੰ ਹਲਕਾ ਇੰਚਾਰਜ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਹ ਛੇਤੀ ਤੋਂ ਛੇਤੀ ਸਟਾਰਟ ਕੀਤਾ ਜਾਵੇ ਬਹੁਤ ਟੋਏ ਸਰ ਗਿਣਤੀ ਨਹੀਂ ਹੈ ਟੋਏ ਤੱਕ ਟੋਇਆਂ ਦੀ ਗਿਣਤੀ ਨਹੀਂ ਹੈ ਹਜ਼ਾਰਾਂ ਹੀ ਟੋਏ ਆ ਹਜ਼ਾਰਾਂ ਹੀ ਟੋਇਆ ਸੜਕ ਹੈ ਨਹੀਂ ਟੋਏ ਆ ਬਹੁਤ ਗੱਡੀਆਂ ਦਾ ਨੁਕਸਾਨ ਹਾਸੇ ਵੀ ਹੋ ਗਏ ਜੀ 1-2 ਵਾਰੀ ਹਾਸੇ ਵੀ ਕਈ ਹੋ ਗਏ ਸੜਕ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੜਕ ਟੁੱਟਣ ਦੇ ਕਾਰਨ ਜੀ ਹਾਸੇ ਵੀ ਬਹੁਤ ਖਤਰਨਾਕ ਹੋਏ ਕਈ ਬੰਦਿਆਂ ਦੇ ਐਕਸੀਡੈਂਟ ਵੀ ਹੋ ਗਏ ਜਾਨਾਂ ਵੀ ਖਤਮ ਹੋ ਚੁੱਕੀਆਂ ਜੀ ਸਰਕਾਰ ਨੂੰ ਆਪ ਦਾਅਵੇ ਨਾਲ ਅਸੀਂ ਆਪ ਜਦੋਂ ਵੋਟਾਂ ਪਾਉਂਦੇ ਸਰਕਾਰ ਨੂੰ ਬਿੱਟੂ ਸਾਹਿਬ ਵੀ ਆਏ ਸੀ ਉਹਨਾਂ ਨੂੰ ਵੀ ਕਿਹਾ ਦਾਖਾ ਸਾਹਿਬ ਨੂੰ ਵੀ ਕਿਹਾ ਲਾਰਾ ਦੇ ਲਾ ਕੇ ਤੁਰ ਜਾਂਦੇ ਜੀ ਏਡੇ ਡੂੰਘੇ ਟੋਏ ਆ ਖੂਹ 'ਚ ਡੇਡੇ ਡੀ ਸਾਰੀ ਕੋਈ ਸਰਕਾਰ ਹੋਵੇ ਜੀ 4 ਸਾਲ ਹੋ ਗਏ ਉੱਥੇ ਅਸੀਂ ਰੋਜ਼ ਮੋਟਰਸਾਈਕਲ 'ਤੇ ਸੌਦਾ ਲਗਾਉਣਾ 10-10 ਫੁੱਟ ਡੂੰਘੇ ਟੋਏ ਆ ਸੜਕ ਦੇ ਵਿੱਚ ਜੀ ਸਰਕਾਰ ਨੂੰ ਚਾਹੀਦਾ ਵੀ ਕੋਈ ਦੇਖੀਏ ਸਾਰੀ 12 ਕਿਲੋਮੀਟਰ ਸੜਕ ਹੈ ਜੀ ਕੋਈ ਲੀਡਰ ਨਹੀਂ ਸੁਣਦਾ ਜੀ ਕੋਈ ਲੀਡਰ ਲੰਘਦੇ ਆ ਏਸੀ ਲਾਏ ਹੁੰਦੇ ਕਾਰਾਂ ਵਿੱਚ ਲੰਘ ਜਾਂਦੇ ਆ ਤਾਂ ਸਾਡੇ ਵਰਗੇ ਜਿਹੜੇ ਦੈੜਦੇ ਨੇ ਵਿੱਚ ਛੱਡੇ ਡਿੱਗਦੇ ਆ ਜੀ ਸੜਕ ਬਣਨੀ ਬਹੁਤ ਜ਼ਰੂਰੀ ਹੈ ਜੀ ਕਈ ਬੰਦਿਆਂ ਦੀਆਂ ਮੌਤਾਂ ਵੀ ਚਲੇਗੀ ਸਾਡੇ ਮੈਂਬਰ ਆਫ ਵਿਚਾਰੇ ਦੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਸਾਰਾ ਢਿੱਡ ਪਾਟ ਗਿਆ ਜੀ ਨਾਲੇ ਜਾਨ ਖਤਰੇ ਸੀਗੀ ਜੀ ਵਿਚਾਰੇ ਮਸਾਂ ਬੱਚੇ ਰੱਬ ਨੇ ਦੁਬਾਰੇ ਜਾਨ ਦਿੱਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ